ਹਾਸੇ ਵਾਲੀ ਗੱਲ ਸੁਣਾ, ਉਹ ਮੈਂ ਸੁਣਿਆ ਤੈਨੂੰ ਵੇਖਣ ਵਾਲੇ ਆਏ ਸੀ। ਵੇਖਣ ਵਾਲੇ ਤਾਂ ਆਉਂਦੇ ਹੀ ਰਹਿੰਦੇ, ਤੇਰਾ ਢਿੱਡ ਦੁਖਦਾ ਈ। ਓ ਲਾਣ ਦੀਆ, ਢਿੱਡ ਨਹੀਂ ਦੁਖਦਾ। ਓ ਮੈਨੂੰ ਦੱਸ ਕੋਈ ਗੱਲ ਬਣੀ ਕਿ ਨਹੀਂ ਬਣੀ? ਲੈ ਮੈਨੂੰ ਆ ਗਏ ਦੇਖਣ ਵਾਲੇ। ਅੱਛਾ, ਦੇਖਣ ਵਾਲੇ ਆਉਂਦੇ ਮੈਨੂੰ ਹਫ਼ਤੇ 'ਚ 2-3 ਵਾਰੀ। ਤੇ ਕਹਿੰਦੇ ਕੀ ਆ? ਰੌਲਾ ਇਸੇ ਗੱਲ ਦਾ, ਕਹਿੰਦੇ ਹੀ ਕੁਛ ਨਹੀਂਗੇ, ਕੱਲਾ ਦੇਖ ਕੇ ਹੀ ਮੁੜ ਜਾਂਦੇ ਆ, ਗੱਲ ਕੋਈ ਤਣ ਪੱਤਣ ਨਹੀਂ ਲਾਉਂਦੇ। ਉਹ ਐਤਕੀ ਕੁੜੀ ਦਾ ਭਰਾ ਮੈਨੂੰ ਪਾਸੇ ਜੇ ਲੈ ਗਿਆ ਸੀ। ਪਾਸੇ ਲਿਜਾ ਕੇ ਕੀ ਕਹਿੰਦਾ? ਮੈਨੂੰ ਕਹਿੰਦਾ ਦੇਖ ਛੋਟੇ ਵੀਰ, ਸਾਡੇ ਵੱਲੋਂ ਕੋਰੀ ਨਾ ਆਏ, ਜਾਂਦਾ ਹੋਇਆ ਮੇਰੇ ਭਾਪੇ ਨੂੰ ਕਹਿ ਗਿਆ। ਕੀ ਕਹਿ ਗਿਆ ਜੀ? ਕਹਿੰਦਾ ਜੀ ਮੁੰਡਾ ਸਾਨੂੰ ਤਾਂ ਦਿਖਾਤਾ, ਕਿਸੇ ਹੋਰ ਨੂੰ ਨਾ ਦਿਖਾਇਓ, ਉਹ ਇਹਦੀ ਸ਼ਕਲ ਦੇਖਣ ਵਾਲੀ ਨਹੀਂਗੀ, ਮੂੰਹ ਦਿਖਾਈ ਤੋਂ ਪਹਿਲਾਂ ਇਹਦੀ ਮੂੰਹ ਧੁਲਾਈ ਕਰਵਾ ਲਿਓ। ਕਰਿਆ ਕਰ। ਆ ਬਾਬਾ ਜੀ ਬਹੁਤ ਬਹੁਤ ਵੇਲ ਜੀ, ਵੇਲ ਬਾਬਾ ਜੀ ਦੇ ਰੁਪਈਆਂ ਦੀ ਵੇਲ ਆ। ਆ ਵੇਲ ਵਧਾਵੀ, ਲੇਖੇ ਲਾਵੀ, ਜਿਹੜੇ ਬਾਕੀ ਬੈਠੇ ਇਹਨਾਂ ਨੂੰ ਵੀ ਆਦਤ ਪਾਵੀ। ਬਾਬੇ ਦੀ ਦਰਗਾਹ ਤੇ ਆ ਕੇ ਇਨਸਾਨਾਂ ਤੋਂ ਨੀ ਮੰਗੀਦਾ, ਬਾਬੇ ਤੋਂ ਮੰਗੀਦਾ। ਲਾਣਤੀ ਆ, ਲਾਣਤੀ ਆ, ਬਾਬੇ ਤੋਂ ਮੰਗਿਆ। ਆ ਲੈ ਸੁਣ ਲੈ, ਲੈ ਸੁਣ ਲੈ, ਉਹ ਫੇਰ ਗੱਲ ਥੋੜੀ ਜੀ ਅੱਗੇ ਤੁਰੀ ਹੈ। ਅੱਛਾ, ਅੱਗੇ ਤੁਰੀ, ਅੱਗੇ ਤੁਰੀ, ਵਿਚੋਲਾ ਚੰਗਾ ਮਿਲ ਗਿਆ। ਅੱਛਾ, ਵਿਚੋਲਾ ਚੰਗਾ ਮਿਲ ਗਿਆ, ਕੀ ਕਹਿੰਦਾ? ਭਾਈ ਜੀ ਦੇਖਣ ਵਾਲੇ ਆ ਗਏ। ਆਹਾ, ਕਹਿੰਦੇ ਜੀ ਮੁੰਡਾ ਸਾਨੂੰ ਪਸੰਦ ਆ, ਕੰਮ ਦੱਸੋ ਕੀ ਕਰਦਾ? ਅੱਛਾ, ਤੁਹਾਡੇ ਘਰਦਿਆਂ ਨੇ ਦੱਸਤਾ? ਘਰਦੇ ਕਹਿੰਦੇ ਜੀ ਐਮਏ ਕੀਤੀ ਆ ਥੀਏਟਰ ਦੀ, ਕੋਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ। ਅੱਛਾ, ਤੇ ਨਾਟਕ ਕਰਦਾ ਏ। ਤੇ ਕੁੜੀ ਵਾਲੇ ਕੀ ਕਹਿੰਦੇ? ਕੁੜੀ ਵਾਲੇ ਕਹਿੰਦੇ ਨਾਟਕ ਤਾਂ ਸਾਡੀ ਕੁੜੀ ਬਥੇਰੇ ਕਰ ਲੈਂਦੀ ਆ, ਹੁਣੇ 150 ਕਰਕੇ ਦਿਖਾ ਦੂਗੀ। ਇੰਸਟਾਗ੍ਰਾਮ ਤੇ ਹੀ ਰਹਿੰਦੀ ਆ, ਰੀਲਾਂ ਬਹੁਤ ਬਣਾਉਂਦੀ ਆ। 17,500 ਤੇ ਇਹਦਾ ਫੋਲੋਅਰ ਆ। ਉਹ ਫਿਰ ਤੁਸੀਂ ਕੀ ਕੀਤਾ? ਫਿਰ ਅਸੀਂ ਕੁੜੀ ਨੂੰ ਫੋਲੋ ਕਰਕੇ ਆਏ ਆ, ਹੁਣ ਉਹਦੀਆਂ ਰੀਲਾਂ ਦੇਖ ਲਈ ਦੀਆਂ। ਵਾਵਾ ਟਾਈਮ ਪਾਸ ਹੋ ਜਾਂਦਾ ਈ, ਜੀ ਲੱਗਾ ਰਹਿੰਦਾ ਈ। ਲਾਰਤੀਆ ਇੰਨਾ ਕੁਛ ਸੁਣ ਕੇ ਆ ਗਿਆ, ਉਹ 25 ਪਿੰਡਾਂ ਦਾ ਤੂੰ ਡੂਮ ਆ, ਉਹ ਤੈਥੋਂ ਕੁਛ ਸਰਿਆ ਨਹੀਂ। ਲੈ ਮੈਂ ਵੀ ਗੱਲ ਸਿਰੇ ਲਾਤੀ। ਲਾਈ ਕਿਵੇਂ? ਉਹ ਮੈਂ ਕਿਹਾ ਸਾਨੂੰ ਹਸਾਉਣ ਵਾਲਿਆਂ ਨੂੰ ਇੰਨਾ ਹਲਕੇ 'ਚ ਨਾ ਲਓ। ਹਲਾਓ ਕਾਤੋਂ ਬਈ, ਅਸੀਂ ਕਰੀਏ ਨਾ ਤਾਂ ਕੁਝ ਨਹੀਂ ਕਰਦੇ, ਜੇ ਕਰ ਦਈਏ ਫਿਰ ਸਿੱਧੇ ਮੁੱਖ ਮੰਤਰੀ ਲੱਗਦੇ ਆ। ਬਸ ਕਰਿਆ ਕਰ, ਨਾਲੇ ਪਤਾ ਹੀ ਆ ਸਾਡਾ, ਮੁੱਖ ਮੰਤਰੀ ਬਣ ਕੇ ਵੀ ਭਾਵੇਂ ਚੁਟਕਲੇ ਹੀ ਸੁਣਾਈ ਜਾਈਏ। ਬਸ ਕਰਿਆ ਕਰ, ਫੇਰ ਚੰਗੇ ਰਹੋਗੇ। ਤੁਸੀਂ ਕੁੜੀ ਨਹੀਂ ਦਿੰਦੇ, ਅਸੀਂ ਬਿਜਲੀ ਨਹੀਂ ਦੇਣੀ ਗੀ। ਬਸ ਕਰਿਆ ਕਰ, ਲਾਈ ਜਾਇਓ ਧਰਨੇ, ਫੇਰ ਚੰਗੇ ਰਹੋਗੇ। ਉਹ ਮੁੱਖ ਮੰਤਰੀ ਤੋਂ ਚੇਤੇ ਆ ਗਿਆ ਈ, ਉਹ ਵਿਹਲਾ ਤੁਰਿਆ ਫਿਰਦਾ, ਉਹ ਕੰਮ ਧੰਦਾ ਲਿਆ ਉਹਦੇ ਕੋਲੇ ਜਾਇਆ, ਉਹ ਕੀ ਪਤਾ ਤੈਨੂੰ ਕਿਹਾ ਕੰਮ ਧੰਦੇ ਰੱਖ ਲਵੇ। ਮੈਂ ਚੰਡੀਗੜ੍ਹ ਗਿਆ ਸੀ ਮੁੱਖ ਮੰਤਰੀ ਨੂੰ ਮਿਲਣ। ਅੱਛਾ, ਮੈਂ ਕਿਹਾ ਬਾਈ ਜੀ ਮੈਂ ਪੜਿਆ ਲਿਖਿਆ ਏ, ਆਹੋ 3-4 ਐਮਏ ਕਰ ਲਈਆਂ ਮੈਂ, ਫੇਰ ਬਾਈ ਮੈਨੂੰ ਕਿਸੇ ਕੰਮ ਧੰਦੇ ਲਾ ਦਿਓ। ਉਹਨਾਂ ਨੇ ਲਾਤਾ? ਉਹ ਕਹਿੰਦਾ ਵੀ ਕੀ ਕਰ ਲੈਣਾ। ਅੱਛਾ, ਤੂੰ ਕੀ ਕਿਹਾ? ਕੀ? ਮੈਂ ਕਿਹਾ ਸਾਡਾ ਆਪਦਾ ਕੰਮ ਹੈ, ਸਾਡੇ ਦਾਦੇ ਪੁਰਖੇ ਵੀ ਇਹੀ ਕਰਦੇ ਸੀ। ਹਲਾ ਫੇਰ ਬਾਈ, ਮੈਂ ਕਿਹਾ ਕਹਿੰਦਾ ਵੀ ਕੰਮ ਕਿਹੜਾ ਈ, ਮੈਂ ਦੱਸਤਾ ਵੀ ਸਾਡਾ ਕੰਮ ਏ। ਕਿਹੜਾ ਕੰਮ ਈ? ਭੰਡੀ ਪ੍ਰਚਾਰ ਦਾ, ਅਸੀਂ ਉਹ ਹੀ ਕਰਦੇ ਆ। ਤੂੰ ਕਰਾਉਣਾ ਤਾਂ ਦੱਸ ਦੇ, ਫ੍ਰੀ ਚ ਹੀ ਕਰਦੇ ਆ, ਪੈਸਾ ਕੋਈ ਨੀ ਲੈਂਦੇ। ਹੋਰ ਉਹ ਲਾਰਤੀਆ ਫਿਰ ਗੱਲ ਬਣੀ, ਤੈਨੂੰ ਨੌਕਰੀ ਦੇਤੀ? ਉਹ ਫੇਰ ਮੈਨੂੰ ਕਹਿੰਦਾ ਲੈ ਵੀ ਓ ਕਰ, ਆਹਾ ਭੰਡੀ ਪ੍ਰਚਾਰ ਕਰਦਾ, 2-4 ਜੁਗਤਾਂ ਸੁਣਾ ਦੇ। ਆ ਤੂੰ ਜੁਗਤਾਂ ਸੁਣਾਤੀਆਂ? ਮੈਂ ਉਹਨੂੰ 2-4 ਜੁਗਤਾਂ ਸੁਣਾਤੀਆਂ। ਓਲੇ ਅੱਗੋਂ ਭਗਵੰਤ ਮਾਨ ਨੇ 15 ਵੀ ਮੈਨੂੰ ਚੁਟਕਲੇ ਸੁਣਾਤੇ। ਲਾਰਤੀ ਨਾ ਹੋਵੇ ਤਾਂ ਅਸੀਂ ਦੋਵੇਂ ਇੱਕ ਦੂਜੇ ਨੂੰ ਹਸਾ ਕੇ ਆ ਗਏ। ਬਸ ਕਰਿਆ ਕਰ, ਜਣੀ ਹਾਸੜ ਜੀ ਪੈ ਗਈ। ਲਾਰਤੀ ਨਾ ਹੋਵੇ, ਹੋਰ ਕੀ ਆ ਦੱਸ। ਓ ਲਾਰਤੀਆ, ਉਹ ਛੱਡ ਦੇ ਮੁੱਖ ਮੰਤਰੀ ਨੂੰ। ਆਹੋ ਆਹਾ, ਤੇ ਪ੍ਰਧਾਨ ਮੰਤਰੀ ਦੀ ਸੁਣ ਲੈ। ਅੱਛਾ, ਪ੍ਰਧਾਨ ਮੰਤਰੀ ਦੀ ਸੁਣਾ ਦੇ। ਲੈ ਪ੍ਰਧਾਨ ਮੰਤਰੀ ਕਹਿੰਦਾ ਜਦੋਂ ਮੈਂ ਛੋਟਾ ਹੁੰਦਾ ਸੀ। ਅੱਛਾ, ਜਦੋਂ ਨਿੱਕਾ ਸੀ ਉਦੋਂ ਮੈਂ ਰੇਲਾਂ 'ਚ ਚਾਹ ਵੇਚਦਾ ਹੁੰਦਾ ਸੀ। ਆਹੋ, ਮੈਂ ਵੀ ਸੁਣਿਆ ਕਹਿੰਦੇ ਵੀ ਉਹ ਰੇਲਾਂ ਦੇ ਵਿੱਚ ਚਾਹ ਵੇਚਦਾ ਹੁੰਦਾ ਸੀ। ਮਾਂ ਦਾ ਪੁੱਤ ਵੱਡਾ ਹੋ ਕੇ ਪ੍ਰਧਾਨ ਮੰਤਰੀ ਬਣ ਗਿਆ। ਹਲਾ ਫੇਰ ਬਾਈ, ਫੇਰ ਸਾਰੀਆਂ ਰੇਲਾਂ ਹੀ ਵੇਚ ਗਿਆ, ਸਾਰਾ ਦੇਸ਼ ਹੀ ਵੇਚੀ ਜਾਂਦਾ, ਸਕੂਲ ਕਾਲਜ ਸਭ ਕੁਝ ਵੇਚਤਾ। ਤੂੰ ਸੇਲਜ਼ਮੈਨ ਚੰਗਾ ਏ। ਸੇਲਜ਼ਮੈਨ ਤੋਂ ਤਾਂ ਮੈਨੂੰ ਚੇਤੇ ਆ ਗਿਆ ਈ। ਕੀ ਚੇਤੇ? ਉਹ ਕਹਿੰਦਾ ਕਿਹੜਾ ਚੀਤੇ ਲਿਆਇਆ? ਆ ਚੀਤੇ ਲਿਆਇਆ 8-100 ਕਰੋੜ ਦੇ। ਲਾਰਤੀਆ, ਐਡੇ ਮਹਿੰਗੇ ਚੀਤੇ ਕਰਦੇ ਕੀ? ਮਿਆਉਂ ਮਿਆਉਂ ਕਰਦੇ ਆ, ਕੱਲੀ ਘਾਹ ਹੀ ਖਾਂਦੇ ਆ, ਸ਼ਾਕਾਹਾਰੀ ਵਾਲੇ ਆ, ਹੋਰ ਉਹਨਾਂ ਨੇ ਦੁੱਧ ਦੇਣਾ ਈ।
ਲੈ ਦੁੱਧ ਤੋਂ ਯਾਦ ਆ ਗਿਆ, ਦੁੱਧ ਤੋਂ ਕੀ ਯਾਦ ਆਇਆ? ਉਹ ਮੇਰੀ ਗੱਲ ਮੰਨਦੇ, ਚੀਤੇ ਨਾਲ ਲਿਆਉਂਦੇ, ਬੱਕਰੀਆਂ ਲੈ ਆਉਂਦੇ, ਹਲਾ ਤੇ ਉਹਦੇ ਨਾਲ ਕੀ ਹੋ ਜਾਂਦਾ? ਬੱਕਰੀ ਦੇ ਦੁੱਧ ਨਾਲ ਸੈੱਲ ਪੂਰੇ ਹੁੰਦੇ ਆ। ਚੋਣਾਂ ਤੇ ਚੰਨੀ ਸਾਹਿਬ ਹੈਗੇ ਸੀ, ਵਧੀਆ ਮੌਜ ਲੱਗੀ ਰਹਿਣੀ ਸੀ, ਹੋਰ ਕੀ ਆ ਦੱਸ। ਉਹ ਮਾਰਨਾ ਕਰਦੇ ਬੰਦ, ਹੋਰ ਕੀ ਹੋ ਗਿਆ ਜੀ? ਬਾਈ ਤੋਂ ਫੜ ਵਧਾਈਆਂ, ਕਿੱਥੇ ਆ ਜੇ ਮੁੜਿਆ? ਹਲੇ ਨਹੀਂ ਆਈਆਂ, ਭਾਲਦਾ ਹੀ ਡਾਲਰ। ਉਹ ਪੰਜਾਬੀਆਂ ਦੇ ਪੈਸੇ ਗਏ ਮੌਕੇ, ਇਹਨਾਂ ਦੇ ਪੈਸੇ ਲੈ ਗਏ ਅਗਲੇ, ਬੜਾ ਲਾੜਤੀ। ਇਹਨਾਂ ਕੋਲੇ ਪੈਸੇ ਨਹੀਂ ਰਹੇ ਤੇ ਇਹਨਾਂ ਦੇ ਪੈਸੇ ਲੈ ਕੌਣ ਗਿਆ? ਜਿੰਨਾ ਲਿਆਣੇ ਸੀ ਲੈ ਗਏ, ਉਹ ਪੜਾਈਆਂ ਲਿਖਾਈਆਂ, ਉਹ ਲਿਆਣ ਵਾਲੇ ਲਗਾਏ, ਉਹ ਡਾਕਟਰੀ ਦਵਾਈਆਂ ਲੈ ਗਏ, ਉਹ ਲੈ ਕੇ ਕੌਣ ਗਿਆ? ਆਈਲੈਂਡ ਸੈਂਟਰਾਂ ਵਾਲੇ, ਕੈਨੇਡਾ ਦੇ ਵੀਜ਼ਿਆਂ ਵਾਲੇ, ਇਮੀਗ੍ਰੇਸ਼ਨ ਵਾਲੇ, ਉਹ ਹੀ ਲੈ ਗਏ ਬਸ। ਦੇਖ ਲੈ ਸਾਰਾ ਮੁਲਕ ਬਾਹਰ ਨੂੰ ਤੁਰਿਆ ਜਾਂਦਾ, ਆਹੋ ਉਹ ਐਡਾ ਕਿਹੜਾ ਫਰਕ ਹੀ ਭਾਵੇਂ? ਵੱਡਾ ਫਰਕ ਹੈ, ਵੱਡਾ ਫਰਕ ਹੀ, ਇਹਨਾਂ ਨੂੰ ਵੀ ਦੱਸ। ਲਾਲਾ ਸਾਹਿਬ ਵੀ ਆਪਾਂ ਖੱਬੇ ਹੱਥ ਤੁਰਦੇ ਆ, ਆਹੋ ਬਾਈ ਜੀ ਉਧਰ ਸੱਜੇ ਤੁਰਦੇ। ਅੱਛਾ ਉਹ ਸੱਜੇ ਤੁਰਦੇ ਹੀ, ਆਪਾਂ ਪੱਖੇ ਦੀ ਸੋਚ ਥੱਲੇ ਨੂੰ ਛੱਡੀ ਦੀ, ਉਹ ਉੱਤੇ ਛੱਡ ਲੈਂਦੇ। ਅੱਛਾ ਉੱਤੇ ਨੂੰ ਛੱਡਦੇ ਹੀ, ਆਪਣੇ ਇਧਰ ਬਹੁਤੇ ਮੋਬਾਈਲਾਂ ਤੇ ਲੱਗੇ ਆ, ਆਹੋ ਅਗਲੇ ਕੰਮੀ ਧੰਨੀ ਜਾਂਦੇ ਆ। ਉਹ ਲਾਣਤੀ ਆਏ ਤਾਂ ਇਹਨਾਂ ਨੂੰ ਵੀ ਪਤਾ ਕੋਈ ਵੱਡਾ ਫਰਕ ਦੱਸ। ਜਾਂ ਵੱਡਾ ਫਰਕ ਸੁਣ ਲੈ, ਆਹਾ ਉਧਰ ਕੋਈ ਚੋਰ ਚੱਕਾ ਡਾਕੂ ਫੜਿਆ ਜਾਵੇ ਬਾਈ ਜੀ, ਉਹਨੂੰ ਫੜ ਕੇ ਜੇਲ੍ਹ ਚ ਪਾ ਦਿੰਦੇ ਆ, ਤੇ ਇੱਧਰ ਆਪਣੇ ਇੱਧਰ ਮੰਤਰੀ ਬਣਾ ਦਿੰਦੇ ਆ, ਸਿੱਧਾ ਹੀ ਪਾਰਲੀਮੈਂਟ ਭੇਜਦੇ ਆ, 15ਵੀਂ ਬੋਡੀਗਾਰਡ ਵੀ ਨਾਲ ਦਿੰਦੇ ਆ, ਅਗਲੇ ਨੂੰ 32 ਵਾਲੀ ਗੱਡੀ ਵੀ ਦੇ ਦਿੰਦੇ ਆ, ਬੇਫਿਕਰਾ ਕਰ ਦਿੰਦੇ ਆ। ਵੱਡਾ ਫਰਕ ਹੈ, ਉਹ ਲਾੜਤੀ ਆਏ ਤਾਂ ਫਰਕ ਸਾਰੇ ਇਹਨਾਂ ਨੂੰ ਪਤਾ, ਕੋਈ ਹੋਰ ਫਰਕ ਦੱਸ। ਲੈ ਬਾਬਾ ਜੀ ਇੱਕ ਵੱਡਾ ਫਰਕ ਸੁਣ ਲੈ, ਆ ਵੱਡਾ ਫਰਕ ਦੱਸ। ਇੱਧਰ ਕੁੜੀ ਵੀ ਮੁੰਡੇ ਚ ਵੱਜ ਜੇ, ਆਹੋ, ਤੇ ਮੁੰਡੇ ਕੋਲੋਂ ਕੁੜ ਕੁੜ ਮਾਫੀ ਮੰਗਾਉਂਦੇ, ਤੇ ਉਧਰ ਬਾਈ ਜੀ ਮੋਢਾ ਭਾਵੇਂ ਆਪ ਮਾਰ ਜਾਓ, ਸੌਰੀ ਅਗਲੀ ਕਹਿੰਦੀ ਆ, ਅਗਲਿਆਂ ਨੇ ਮੌਜ ਕਰਤੀ ਆ। ਮੈਂ ਤਾਂ ਆਪ ਸੋਚਦਾ ਵੀ ਮੈਂ ਬਾਹਰ ਹੀ ਚਲਾ ਜਾਵਾਂ, ਲਾੜਤੀ ਆ ਬਾਹਰ ਚੱਲਿਆ ਜੀ। ਮੈਂ ਬਾਈ ਸੁਖਵਿੰਦਰ ਨੂੰ ਬੇਨਤੀ ਕਰਦਾ, ਆਹਾ, ਮੈਂ ਕਿਹਾ ਤੇਰੇ ਗੇੜੇ ਵੱਧ ਵਜਣਗੇ ਇੱਕ ਵਾਰੀ ਤੇ ਜਾ ਜਿੰਨੇ ਦੇਖ ਕੇ ਜਾਣੇ ਆ। ਉਹ ਸਾਡੀ ਆਦਤ ਹੈ ਮਜ਼ਾਕ ਕਰਨ ਦੀ, ਸੱਚੀ ਨਾ ਦੇ ਜੀ ਮਾਂ ਦੇ ਪੁੱਤਾ, ਸਾਰੇ ਹੀ ਰੌਣਕ ਜੀ ਲੱਗੀ ਰਹਿੰਦੀ ਆ, ਮੈਨੂੰ ਸਾਹ ਮਿਲ ਜਾਂਦਾ ਜੀ, ਮਾਰ ਮਾਰੇ ਨੇ ਮੇਰਾ ਮਾਸ ਦੇੜ ਦੇਣਾ ਜੀ, ਲਾਣਤੀ ਕਿਸੇ ਥਾਂ ਦਾ। ਲਾਣਤੀ ਆ ਬਾਹਰ ਚੱਲਿਆ ਜੀ, ਮੈਂ ਬਾਹਰ ਜਾਣਾ ਜੀ, ਤੇ ਡੱਬਾ ਲੈ ਕੇ ਜਾਈ ਪਖੜਾ ਬੜਾਈ। ਓਏ ਮੈਂ ਉਸ ਬਾਹਰ ਨਹੀਂ ਜਾਣਾ, ਮੈਂ ਕੈਨੇਡਾ ਜਾਣਾ ਬਾਹਰ। ਅੱਛਾ ਜਾ ਚੜ ਕੇ ਕੈਨੇਡਾ ਜਾਣਾ, ਜਾ ਚੜ ਕੇ, ਆਹੋ ਫੌਰਨ ਚੱਲੇ ਜੀ, ਮੈਂ ਫੌਰਨ ਜਾਣਾ ਤੇ ਫੌਰਨ ਹੀ ਮੁੜ ਆਉਣਾ। ਉਹ ਲਾਣਤੀ ਅੰਗਰੇਜ਼ੀ ਆਉਂਦੀ? ਲੈ ਆਉਂਦੀ ਦੀ ਗੱਲ ਕਰਦਾ, ਮੈਨੂੰ ਤਾਂ ਜਾਂਦੀ ਵੀ ਹੈ। ਉਹ ਲਾਣਤੀ ਆ ਜਾਂਦੀ ਨਹੀਂ ਹੁੰਦੀ, ਕੱਲੀ ਆਉਂਦੀ ਹੁੰਦੀ ਅੰਗਰੇਜ਼ੀ, ਮੈਨੂੰ ਆਉਂਦੀ ਜਾਂਦੀ ਹੈ। ਲਾਣਤੀ ਆ ਫਿਰ ਕੇਰਾ, ਮੈਂ ਸਕੂਲ ਚ ਅੰਗਰੇਜ਼ੀ ਵਾਲਾ ਮਾਸਟਰ ਫੇਲ ਕਰਤਾ। ਹਲਾ ਉਹ ਕਿਵੇਂ ਬਾਈ? ਮੈਨੂੰ ਕਹਿੰਦਾ ਅਮਰਾਸੀਆਂ ਦਾ ਜਵਾਕਾ ਖੜਾ ਹੋ, ਖੜਾ ਹੋ ਜਾ ਡੂਮ। ਉਹ ਜਿਹੜਾ ਬੰਦਾ ਬੋਲਾ ਏ, ਜਿਹੜਾ ਬੋਲਾ ਏ, ਜਿਹਨੂੰ ਕੰਨਾਂ ਤੋਂ ਨਹੀਂ ਸੁਣਦਾ, ਜਿਹਨੂੰ ਸੁਣਦਾ ਹੀ ਕੁਛ ਨਹੀਂ, ਉਹਨੂੰ ਅੰਗਰੇਜ਼ੀ ਚ ਕੀ ਕਹਿੰਦੇ ਆ? ਤੂੰ ਕੀ ਕਿਹਾ? ਮੈਂ ਕਿਹਾ ਜੀ ਜਿਹੜਾ ਹੈਗਾ ਹੀ ਬੋਲਾ, ਉਹਨੂੰ ਜਿਹੜਾ ਕੋਈ ਮਰਜ਼ੀ ਕਹੀ ਚੱਲੋ, ਉਹਨੂੰ ਕਿਹੜਾ ਸੁਣਨਾ ਏ। ਮੈਂ ਤਾਂ ਆਈ ਸੁਣਾ ਜੀ ਅੰਗਰੇਜ਼ੀ, ਹੋਰ ਕੀ ਆ ਦੱਸ। ਉਹ ਲਾੜਦੀ ਆ ਤੇਰਾ ਟੈਸਟ ਲੈ ਲੈ, ਤੂੰ ਬਾਹਰ ਜਾਣਾ ਕਿ ਨਹੀਂ ਜਾਣਾ? ਬਾਹਰ ਜਾਣਾ, ਟੈਸਟ ਲੈ ਲਾ। ਲੈ ਟੈਸਟ ਲਵਾਂਗੇ ਤੇਰਾ, ਆਹੋ ਲੈ। ਉਹ ਜਿੱਥੇ ਉਹ ਸੋਹਣੀ ਜੀ ਪਾਗਲਾ ਬਾਈ ਖੜਾਈ, ਹਲਾ ਉੱਥੇ ਗੋਰੀ ਮੇਮ ਖੜੀ, ਲੈ ਤੂੰ ਉਹਨੂੰ ਆਪਦੇ ਕੋਲੇ ਸੱਜਣਾ ਈ। ਆਜੂਗੀ ਜੇ ਮੈਂ ਸੱਦਾਂ ਤਾਂ? ਜੇ ਜਾਂ ਤੇਰਾ ਰੰਗ ਲੱਗਦਾ ਤਾਂ ਨੀਗਾ, ਪਰ ਜੇ ਅੰਗਰੇਜ਼ੀ ਚ ਸੱਦੇਗਾ ਤਾਂ ਆਜੂਗੀ। ਤੇ ਮੈਂ ਅੰਗਰੇਜ਼ੀ ਚ ਸੱਦ ਲੂੰਗਾ। ਸੱਦੇਗਾ ਕਿਵੇਂ? ਮੈਂ ਉਹਨੂੰ ਕਹਦੂੰਗਾ ਕੰਮ ਹੇਅਰ। ਵਾਹ ਬਈ ਵਾਹ, ਸ਼ਾਬਾਸ਼ ਜੀ ਸ਼ਾਬਾਸ਼। ਉਹ ਹੁਣ ਉਸੇ ਹੀ ਗੋਰੀ ਮੇਮ ਨੂੰ ਤੂੰ ਕਹਿਣਾ ਵੀ ਪਰੇ ਜਾ। ਲੈ ਮੇਰਾ ਦਿਮਾਗ ਹੀ ਲਿਆ, ਮਸਾ ਮਸਾ ਕੋਲ ਆਈ, ਉਹਨੂੰ ਮੈਂ ਪਰਾਂ ਕਰਨਾ। ਹੋਵੇ ਤਾਂ ਉਹ ਲਾੜਦੀ ਆ ਤੇਰਾ ਟੈਸਟ ਚੱਲਣ ਜਾ, ਫੌਰਨ ਜਾਣਾ ਕੇ ਲਈ। ਆ ਤੇ ਫੇਰ ਇਹ ਉਦੋਂ ਸੌਖਾ ਕੰਮ ਹੈ? ਉਦੋਂ ਸੌਖਾ ਕੀ ਆ? ਫਿਰ ਮੈਂ ਉੱਥੇ ਜਾ ਕੇ ਕਹਿ ਦੂੰਗਾ ਕੰਮ ਹੇਰ। ਲਾੜਦੀ ਨਾ ਹੋਵੇ ਤਾਂ ਮੈਨੂੰ ਇੰਨੀ ਕੀ ਆਉਂਦੀ ਆ? ਲਾੜਦੀ ਆ ਇਹ ਤੂੰ ਵੱਧ ਸਿੱਖੀ ਨਹੀਂ? ਉਹ ਲਾੜਦੀ ਆ ਛੱਡ ਦੇ ਬਾਹਰ ਜਾਣ ਨੂੰ, ਆਪਦਾ ਮੁਲਕ ਜਾ ਦੇ ਚੰਗਾ ਹੀ। ਓਏ ਆਪਦਾ ਮੁਲਕ ਤੇ ਚੰਗਾ ਹੀ, ਆਪਦਾ ਮੁਲਕ ਚੰਗਾ ਹੀ, ਮੈਂ
ਮੇਰੇ ਵੱਟ ਕੇ ਚਪੇੜ ਮਾਰੀ, ਕਹਿੰਦੀ ਜਿੱਥੇ ਤੇਰੀ ਭੈਣ ਪੜ੍ਹਦੀ ਆ। ਫਿਰ ਤਾਂ ਤੈਨੂੰ ਗੱਲ ਹੀ ਨੀ ਆਈ ਹੋਣੀ। ਨਾ ਨਾ, ਮੈਂ ਗੱਲ ਸਿਰੇ ਹੀ ਲਾਈ ਕਿਵੇਂ? ਮੈਂ ਕਿਹਾ ਅੱਛਾ, ਨਾਲ ਭਜਾਈ ਇਕੱਠੀਆਂ ਪੜ੍ਹੀ ਜਾਂਦੀਆਂ, ਮੈਨੂੰ ਨੀ ਪਤਾ ਸੀ। ਇੱਕੋ ਹੀ ਕਿਤਾਬ ਨਾਲ ਸਰ ਜਾ ਕਰੂਗਾ। ਬਸ ਉੱਥੇ ਤੂੰ ਮੈਂ ਹੋ ਗਈ। ਅੱਛਾ, ਤੂੰ ਮੈਂ ਹੋ ਗਈ। ਉਹਨਾਂ ਨੇ ਫੜ ਕੇ ਮੇਰੀ ਗੰਜ ਕਰਤੀ। ਗੰਜ ਕਰਨੀ ਸੀਗੀ, ਬਾਅਦ ਚ ਪੁਲਿਸ ਵਾਲਿਆਂ ਨੂੰ ਫੜਾਤਾ। ਹਲਾ ਲਾਣਤੀ, ਆ ਪੁਲਿਸ ਜਾਣਾ ਹੀ ਸੀ ਤੇ ਆਸ ਕੀ ਕਰਦਾ ਈ ਤੂੰ? ਆ ਪੁਲਿਸ ਵਾਲਿਆਂ ਨੇ ਮੇਰੇ ਵਾਹਵਾ ਡਾਂਗ ਫੇਰੀ। ਹਲਾ ਫੇਰ ਬਈ, ਥਾਣੇਦਾਰ ਹੈ, ਕਹਿੰਦਾ ਮੁਨਸ਼ੀ ਨੂੰ। ਅੱਛਾ, ਕੀ ਕਹਿੰਦਾ? ਕਹਿੰਦਾ ਕੁੜੀਆਂ ਛੇੜਦਾ ਤੇ ਭੁੱਕੀ ਦਾ ਕੇਸ ਪਾਓ। ਅੱਛਾ, ਤੇ ਭੁੱਕੀ ਦਾ ਕੇਸ ਪਾਓ, ਫੀਮ ਦਾ ਕੇਸ ਪਾਓ, ਟੋਟਿਆਂ ਦਾ ਸਾਰੇ ਕੇਸ ਪਾਓ। ਹਲਾ ਫੇਰ ਬਈ, ਉਹ ਨਾਲ ਹੀ ਖੜੇ ਨੂੰ ਥਾਣੇਦਾਰ ਨੂੰ ਫੋਨ ਆ ਗਿਆ, ਕਹਿੰਦੇ ਤੁਹਾਡਾ ਜਵਾਕ ਹੋ ਗਿਆ। ਅੱਛਾ, ਮੈਂ ਕਿਹਾ ਮਹਾਰਾਜ ਆ ਵੀ ਕੇਸ ਕਿਤੇ ਮੇਰੇ ਤੇ ਨਾ ਪਾ ਦਿਓ, ਸਾਰੇ ਕੇਸ ਗਰੀਬਾਂ ਤੇ ਹੀ ਪਾਉਣੇ ਤੁਸੀਂ, ਅਸੀਂ ਕਿੱਧਰ ਨੂੰ ਜਾਈਏ ਦੱਸੋ? ਹੋਰ ਕੀ ਆ ਦੱਸ। ਵਾਟ ਪੈ ਗਈ, ਸਾਡਾ ਪ੍ਰੋਗਰਾਮ ਆ ਗਿਆ, ਉਹ ਭਦੌੜ ਕੰਨੀ ਦੂਰ ਲੰਘੇ, ਭਦੌੜ ਕੰਨੀ ਲੰਘੇ, ਹਨੇਰਾ ਕਵੇਲਾ ਹੋ ਜਾਂਦਾ। ਹਲਾ ਫੇਰ ਬਾਈ, ਆਥਣ ਹੋ ਗਿਆ ਤੇ ਕਿਸੇ ਦੇ ਘਰੇ ਜਾ ਕੇ ਦਰਵਾਜ਼ਾ ਖੜਕਾ ਕੇ ਕਹਿੰਦਾ, ਬਾਈ ਜੀ ਆਹਾ, ਮੈਨੂੰ ਰਾਤ ਪੈ ਗਈ ਤੇ ਮੈਂ ਰਾਤ ਕੱਟਣੀ ਹੈ। ਅੱਲਾ ਬਾਬਾ ਜੀ ਦਾ ਬਹੁਤ ਬਹੁਤ ਇਹ ਕਹਿੰਦਾ ਰਾਤ ਕੱਟਣੀ ਹੈ, ਰਾਤ ਕੱਟਣੀ ਹੈ। ਉਹ ਕਹਿੰਦੇ ਸਾਡੇ ਤਾਂ ਧੀਆਂ ਭੈਣਾਂ ਨੇ ਦਰਵਾਜ਼ਾ ਭੇੜ ਲਿਆ। ਓਏ, ਉਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ, ਧੀਆਂ ਭੈਣਾਂ ਵਾਲਾ ਘਰ ਸੀਗਾ। ਸੁਖਵਿੰਦਰ ਜੀ ਦੂਜੇ ਘਰੇ ਜਾ ਵੜਿਆ, ਦੂਜੇ ਘਰੇ ਜਾਣਾ ਪਿਆ। ਉਹਨਾਂ ਨੂੰ ਕਹਿੰਦਾ ਜੀ ਮੈਂ ਰਾਤ ਕੱਟਣੀ ਹੈ। ਆਹੋ, ਉਹ ਕਹਿੰਦੇ ਸਾਡੇ ਤਾਂ ਧੀਆਂ ਭੈਣਾਂ ਨੇ ਦਰਵਾਜ਼ਾ ਬੰਦ ਕਰ ਲਿਆ। ਓਏ, ਉਹਨਾਂ ਨੇ ਵੀ ਦਰਵਾਜ਼ਾ ਬੰਦ ਕਰ ਲਿਆ ਜੀ। ਫਿਰ ਤੀਜੇ ਘਰੇ ਜਾ ਕੇ ਦਰਵਾਜ਼ਾ ਖੜਕਾਇਆ, ਉਹਨਾਂ ਨੇ ਦਰਵਾਜ਼ਾ ਖੋਲ ਲਿਆ, ਜਾ ਕੇ ਪਤਾ ਕੀ ਕਹਿੰਦਾ? ਕਹਿੰਦਾ ਕੰਮ ਕੀ ਆ? ਧੀਆਂ ਭੈਣਾਂ ਹੈਗੀਆਂ, ਕੰਮ ਕੀ ਆ? ਕਹਿੰਦਾ ਜੀ ਰਾਤ ਕੱਟਣੀ ਆ। ਬਦਤਮੀਜ਼ ਕਿਸੇ ਥਾਂ ਦਾ, ਬੋਲਣ ਦੀ ਅਕਲ ਨੀ ਗਈ, ਘੁੱਟ ਖਾ ਲੈਣੀ ਸੀ, ਮੈਂ ਤਾਂ ਕਰਕੇ ਛੜਾਇਆ। ਹੁਣ ਦੱਸ ਕੀ ਕਹਿੰਦਾ ਸੀ? ਲਾੜਤੀ ਆਪਦੇ ਜੰਮਣੇ ਦੀ ਗੱਲ ਦੱਸ ਇਹਨਾਂ ਨੂੰ, ਮਰਾਸੀ ਪੁੱਛਦੇ ਵੀ ਕਿੱਥੇ ਜੰਮੇ ਤੁਸੀਂ? ਉਹ ਜੰਮਣਾ ਵੱਡਿਆਂ ਦਾ ਜੰਮਣਾ, ਪਵਿੱਤਰ ਰੂਹਾਂ ਦਾ ਜੰਮਣਾ, ਵੱਡੇ ਲੋਕਾਂ ਦਾ ਜੰਮਣਾ ਹੁੰਦਾ, ਸਾਡੇ ਵਰਗੇ ਗਰੀਬਾਂ ਦਾ ਕਾਹਦਾ ਜੰਮਣਾ? ਤੁਹਾਡੇ ਜੰਮਣੇ ਨੂੰ ਫਰਕ ਪਈ ਆ? ਉਹ ਮੌਸਮ ਠੰਡਾ ਹੋਵੇ ਤਾਂ ਜੰਮ ਪੈਂਦੇ ਆ, ਗਰਮੀ ਵਾਲੀ ਹੋਵੇ ਕੈਂਸਲ ਵੀ ਕਰ ਦੇਈਦਾ। ਗਰਮੀ ਬੜੀ ਪੈਂਦੀ ਆ, ਆ ਝੁਲਸੇ ਪਏ ਆ ਗਰਮੀ ਚ, ਐਸੇ ਗੱਲੋਂ ਅਸੀਂ ਤਾਂ ਜੰਮਦੇ ਹੀ ਨਹੀਂ। ਓਏ, ਅਸੀਂ ਜੰਮਦੇ ਨਹੀਂ। ਓ ਕਿਆ ਤੁਸੀਂ ਜੰਮਦੇ ਨਹੀਂ? ਤੁਹਾਡਾ ਕੀ ਹੁੰਦਾ? ਸਾਡੀਆਂ ਦਾਬਾਂ ਲੱਗਦੀਆਂ, ਝੋਨੇ ਦੇ ਝਾੜ ਨੂੰ ਲੈਨੇ ਆ, FCI ਚ ਹੀ ਮਿਲਦੇ ਆ। ਅੱਜ ਕੱਲ ਟੋਟ ਪਈ ਹੋਈ ਆ, ਹਲਾਓ ਕਾਤੋਂ ਬਈ? ਬਾਰਦਾਨਾ ਮੁੱਕਿਆ ਈ, ਆਪਦਾ ਦੱਸ। ਓ ਸਾਡੇ ਜੰਮਣੇ ਦੀਆਂ ਗੱਲਾਂ ਸੁਣ, ਟੋਟ ਕਰ ਲੋ। ਓ ਮੈਂ ਕਿਹਾ ਸੀ ਜਦੋਂ ਜੰਮੇ, ਜਦੋਂ ਇਹ ਜੰਮੇ, ਓ ਜਦੋਂ ਅਸੀਂ ਜੰਮੇ, ਭੁੱਖਿਆਂ ਨੂੰ ਲੰਗਰ, ਭੁੱਖਿਆਂ ਨੂੰ ਲੰਗਰ, ਓ ਪਿਆਸਿਆਂ ਨੂੰ ਪਾਣੀ, ਛਬੀਲਾ, ਓ ਮੈਂ ਕਿਹਾ ਨੰਗਿਆਂ ਨੂੰ ਕੱਪੜੇ, ਇੱਕ ਦਾਨ ਭੁੱਲਿਆ ਫਿਰਦਾ, ਓ ਕਿਹੜਾ? ਕੁਆਰਿਆਂ ਨੂੰ ਰਿਸ਼ਤੇ, ਛੜਿਆਂ ਨੂੰ ਕਰੇਵੇ, ਇੱਕ ਉਸ ਬਾਈ ਨੂੰ ਕਰਾ ਦੇ, ਬਸ ਕਰ ਜਾ, ਇੱਕ ਮੈਨੂੰ ਕਰਾ ਦੇ ਬਾਈ ਬਣ ਕੇ, ਵੇਲਾ ਹੀ ਤੁਰਿਆ ਫਿਰਦਾ। ਹੋਰ ਕੀ ਆ ਦੱਸ, ਜੰਮੇ ਕਿੱਥੇ? ਓਏ ਅਸੀਂ ਜੰਮੇ ਚੜੇਕਾ, ਡੈਡੀ ਉਹ ਵੀ ਚੜੇਕਾ, ਦਾਦਾ ਉਹ ਵੀ ਚੜੇਕਾ, ਵੱਡਾ ਬਾਬਾ, ਵੱਡਾ ਬਾਬਾ ਵੀ ਚੜੇਕਾ, ਤੁਸੀਂ ਸਾਰੇ ਚੜੇਕੇ ਜੰਮੇ ਆ। ਆਹੋ, ਮੈਂ ਹਿਸਾਬ ਲਾ ਲਿਆ, ਲਾਇਆ ਕਿਹੜਾ? ਥੋਡੀ ਬੁੜੀ ਦਾ ਰੂਟ ਹੀ ਚੜੇਕਾ ਏ, ਬਿਆਲੀਆਂ ਸੀਟਾਂ ਵਾਲੀ ਮਿੰਨੀ ਆ, ਲੋਕਲ ਹੀ ਚੱਲਦੀ ਆ, ਵੱਡਾ ਪਰਮਿਟ ਨੀ ਮਿਲਿਆ ਗਾ। ਹੋਰ ਕੀ ਹੈ ਦੱਸ, ਹੋਰ ਸੁਣ ਲਾ ਦੇ।
ਮੇਰੇ ਸੁਣ ਲਾ ਵਿਆਹ ਦੀ। ਆਹ ਤੇਰੇ ਵਿਆਹ ਦੀ ਗੱਲ ਸੁਣਾ, ਤੈਨੂੰ ਵੇਖਣ ਵਾਲੇ ਆਏ ਸੀ, ਵੇਖਣ ਵਾਲੇ ਆਉਂਦੇ ਰਹਿੰਦੇ ਆ। ਆਹੋ ਐਤਕੀ ਮੇਰੇ ਵਿਚੋਲੇ ਨੇ ਬਾਬਾ ਜੀ ਕਹਿਤਾ ਮੈਨੂੰ। ਅੱਛਾ ਕੀ ਕਹਿਤਾ? ਕਹਿੰਦਾ ਐਤਕੀ ਕੋਈ ਜਲਾਤ ਨਾ ਮਾਰਦੀ ਕਾਕਾ, ਹਰੇਕ ਗੱਲ ਦਾ ਤਿੰਨ ਗੁਣਾ ਵਧਾ ਵਧਾ ਜਵਾਬ ਦੇ ਦੀ। ਤੂੰ ਬੋਲਦਾ ਵੱਧ ਦੇ। ਫੇਰ ਬਈ ਮੇਰੇ ਸਾਹਮਣੇ ਕੁੜੀ ਦਾ ਪਿਓ ਬੈਠ ਗਿਆ। ਹਲਾ ਫੇਰ ਬਈ ਕਹਿੰਦਾ ਕਾਕਾ ਜੀ ਕੁਝ ਉਚਰੋ। ਕੁਝ ਉਚਰੋ? ਮੈਂ ਕਿਹਾ ਉਚਰੋ ਮੁਚਰੋ ਕੁਚਰੋ। ਪਾਪਾ ਜੀ ਦੇ ਬੜੀ ਟੈਨਸ਼ਨ ਰਹਿੰਦੀ ਹੋਣੀ। ਪਾਪੇ ਤੇ ਵਾਹਵਾ ਟੈਨਸ਼ਨ ਰਹਿੰਦੀ। ਪਾਪਾ ਜੀ ਕਿੱਥੇ ਰਹਿੰਦੇ ਆ? ਇੱਕ ਦਿੱਲੀ, ਬੰਬੇ, ਇੱਕ ਕਲਕੱਤੇ। ਸਾਡੇ ਪਾਪੇ ਵੀ ਤਿੰਨ ਹੀ ਆ, ਜਿਵੇਂ ਕਾਰੋਬਾਰ ਵੱਡਾ ਉਵੇਂ ਪਾਪੇ ਵਾਲੇ ਆ। ਪਾਪਿਆਂ ਦਾ ਅਸੀਂ ਛਿੱਟਾ ਦਿੱਤਾ ਹੋਇਆ, ਜਿੱਥੇ ਡਿੱਗ ਪਏ ਉੱਥੇ ਉੱਗ ਪਏ। ਦੋ ਚਾਰ ਤਾਂ ਇੱਥੋਂ ਨਿਕਲ ਆਉਣੇ ਆ, ਤੁਸੀਂ ਲੈ ਜਾਓ, ਇੰਨੇ ਸਾਂਭੇ ਨੀ ਜਾਂਦੇ। ਹੋਰ ਕੀ ਆ ਦੱਸ। ਉਹ ਫਿਰ ਅਸੀਂ ਕੁੜੀ ਵੇਖਣ ਚੱਲ ਗਏ। ਤੁਸੀਂ ਕੁੜੀ ਵੇਖਣ ਚੱਲ ਗਏ? ਮੈਨੂੰ ਤਾਂ ਕੁੜੀ ਨੂੰ ਉਹਨਾਂ ਨੇ ਕਮਰੇ ਵਿੱਚ ਤਾੜਤਾ। ਓਏ ਲਾਣਤੀਆ, ਤਾੜਦੇ ਨੀ ਹੁੰਦੇ, ਉਹ ਨਵਾਂ ਜ਼ਮਾਨਾ ਚੱਲਿਆ, ਗੱਲਬਾਤ ਕਰਨ ਵਾਸਤੇ ਅੰਦਰ ਬਿਠਾਉਂਦੇ ਹੀ। ਲੈ ਗੱਲਬਾਤ ਕਰਨ ਲਈ ਸਾਨੂੰ ਬਿਠਾਲਤਾ। ਹਲਾ ਫੇਰ ਬਈ ਅੱਧਾ ਪੌਣਾ ਘੰਟਾ ਸੰਗਦੀ, ਨਾ ਉਹ ਬੋਲੀ ਨਾ ਬੋਲਿਆ ਮੈਂ। ਹਲਾ ਫੇਰ ਤੂੰ? ਫਿਰ ਪੌਣੇ ਕੁ ਘੰਟੇ ਬਾਅਦ ਸੰਗਦੀ ਸੰਗਦੀ ਉਹ ਬੋਲੀ ਆ। ਉਹ ਕੀ ਕਹਿੰਦੀ? ਮੈਨੂੰ ਕਹਿੰਦੀ ਵੀਰ ਜੀ ਤੁਸੀਂ ਕਿੰਨੇ ਭੈਣ ਭਾਈ ਹੋ। ਲਾਣਤੀ ਨਾ ਹੋਵੇ ਤਾਂ। ਫੇਰ? ਫਿਰ ਮੈਂ ਵੀ ਕਹਿਤਾ। ਕੀ ਕਹਿਤਾ ਜੀ? ਮੈਂ ਕਿਹਾ ਭੈਣੇ ਪਹਿਲਾਂ ਤਿੰਨ ਸੀ, ਤੇਰੇ ਸਣੇ ਚਾਰ ਹੋਵਾਂਗੇ। ਫਿਰ ਅਸੀਂ ਚੁੰਨੀ ਚੜਾ ਕੇ ਲਿਆਂਦੀ ਆ, ਨਹੀਂ ਰੱਖਣੀ ਬੰਨ ਲਿਆਉਣੀ ਸੀ। ਉਹ ਵਿਆਹ ਹੋ ਗਿਆ, ਵਿਆਹ ਹੋ ਗਿਆ, ਘਰੇ ਆ ਗਈ, ਘਰੇ ਆ ਗਈ। ਕਹਿੰਦੀ ਜੀ ਮੈਂ ਕਿਸੇ ਮਹਿੰਗੀ ਥਾਂ ਤੇ ਘੁੰਮਣ ਆਈ। ਆ ਲਾਣ ਤੇ ਆ ਗਰਮੀ ਜ਼ਿਆਦੇ ਆ, ਤੂੰ ਘੁਮਾਤੀ ਫਿਰ? ਫਿਰ ਘੁਮਾਉਣੀ ਸੀ ਬਾਈ ਜੀ, ਘਰ ਵਾਲੀ ਦੀ ਗੱਲ ਮੋੜ ਕੇ ਦੰਦ ਥੋੜੀ ਬਣਾਉਣੇ ਆ। ਸਹੀ ਗੱਲ ਆ, ਮੈਂ ਮਹਿੰਗੀ ਥਾਂ ਕਮਾਈ। ਉਹ ਮਹਿੰਗੀ ਥਾਂ ਲੈ ਗਿਆ ਅਮਰੀਕੇ, ਉਹ ਤੂੰ ਮਹਿੰਗੀ ਥਾਂ ਕੈਨੇਡਾ ਲੈ ਗਿਆ, ਸਭ ਤੋਂ ਮਹਿੰਗੀ ਥਾਂ ਇੰਗਲੈਂਡ ਲੰਘ ਗਿਆ, ਉਹ ਤੂੰ ਵੀ ਮਹਿੰਗੀ ਥਾਂ ਲੈ ਕੇ ਕਿੱਥੇ ਗਿਆ? ਪੈਟਰੋਲ ਪੰਪ ਤੇ। ਮੈਂ ਕਿਹਾ ਆਹੀ ਮਹਿੰਗਾ ਏ, ਇੱਥੇ ਹੀ ਘੁੰਮ ਲਾ। ਉਹ ਕਮਾ ਕੇ ਲਿਆਂਦੀ, ਘਰੇ ਲਾਤੀ, ਖੁਸ਼ ਹੋ ਗਈ। ਖੁਸ਼ ਕਾਹਦੀ ਹੋਈ, ਘਰੇ ਕਲੇਸ਼ ਕਰ ਲਿਆ। ਅੱਛਾ ਕਲੇਸ਼ ਕਰ ਲਿਆ? ਕਹਿੰਦੀ ਗੱਲ ਨੀ ਬਣੀ, ਗੱਲ ਨੀ ਬਣੀ। ਫੇਰ ਕਿਸੇ ਹੋਰ ਮਹਿੰਗੀ ਥਾਂ ਚੱਲੋ। ਉਹ ਤੂੰ ਹੀ ਮਹਿੰਗੀ ਥਾਂ ਲੈ ਗਏ? ਫਿਰ ਮੈਂ ਵੱਧ ਮਹਿੰਗੀ ਥਾਂ ਗਿਆ। ਲੈ ਕੇ ਕਿੱਥੇ ਗਿਆ? ਫਿਰ ਮੈਂ ਗੈਸ ਏਜੰਸੀ ਲੈ ਗਿਆ। ਮੈਂ ਕਿਹਾ 1200 ਦਾ ਇਹ ਹੋਇਆ ਪਿਆ, ਮਾਰੋ ਪਾਥੀਆਂ ਨਾ ਮੱਥਾ, ਹੁਣ ਤੇ ਸਬਸਿਡੀ ਵੀ ਕੱਟੀ ਗਈ। ਹੋਰ ਕੀ ਆ ਦੱਸ। ਇੱਕ ਦਿਨ ਭਰਜਾਈ ਨੂੰ ਡਾਕਟਰ ਦੇ ਲਈ ਫਿਰਦਾ ਸੀ, ਕੀ ਹੋ ਗਿਆ? ਕਾਹਦੀ ਗੱਲ ਆ? ਤੇਰੀ ਭਰਜਾਈ ਦੇ ਲੀਵਰ ਚ ਆ ਗਈ ਪੱਥਰੀ। ਹਲਾ ਲੀਵਰ ਚ ਪੱਥਰੀ ਆ ਗਈ? ਡਾਕਟਰ ਕਹਿੰਦਾ ਪੱਥਰੀ ਕੱਢਣੀ ਪਊ। ਪੱਥਰੀ ਕੱਢਣੀ ਪੈਂਦੀ ਆ? ਉਧਰੋਂ ਤੇਰੀ ਭਰਜਾਈ ਨੂੰ ਕਿਸੇ ਨੇ ਰਾਇ ਦਿੱਤੀ। ਹਲਾ ਫਿਰ ਕਹਿੰਦੇ ਵੀ 20 ਰੁਪਏ ਨਾਲ ਪੱਥਰੀ ਖੁਰ ਜਾਂਦੀ ਆ। ਮੈਨੂੰ ਵੀ ਪਤਾ ਲੱਗਿਆ, ਕਹਿੰਦੇ 20 ਰੁਪਏ ਨਾਲ ਪੱਥਰੀ ਖੁਰ ਜਾਂਦੀ ਆ। ਹਾਂ ਤੇ ਉਹ ਮਾਂ ਦੀ ਧੀ ਸਵੇਰੇ ਵੀ 20, ਦੁਪਹਿਰੇ ਵੀ 20, ਸ਼ਾਮੀ ਵੀ 20 ਤੇ ਰਾਤੀ ਵੀ 20। ਉਹ ਤੇਰੀ 20 ਤੇ ਹੋਗੀ? 20 ਤੇ ਹੋਗੀ। ਹਲਾ ਫਿਰ ਮੈਂ ਮਹੀਨੇ ਕ ਬਾਅਦ ਡਾਕਟਰ ਕੋਲੇ ਫੇਰ ਲੈ ਗਿਆ। ਡਾਕਟਰ ਕੀ ਕਹਿੰਦਾ? ਡਾਕਟਰ ਕਹਿੰਦਾ ਜੀ ਪੱਥਰੀ ਤੋਂ ਪਹਿਲਾਂ ਹੁਣ ਇਹਨਾਂ ਦਾ ਲੀਵਰ ਕੱਢਣਾ ਪੈਣਾ ਹੈ। ਸਾਰਾ ਹੀ ਸੜਿਆ ਪਿਆ ਏ, ਦਾਰੂ ਸਸਤੀ ਪੀਲੀ ਲੱਗਦੀ, ਧੱਤੀ ਮਾਰਚ ਵਾਲੀ ਸੀ। ਇਹੋ ਕੰਮ ਕਰਦੀ ਆ, ਲਾਣਤੀ ਆ, ਇਹੋ ਜੇ ਕੰਮ ਕਰਦੀ। ਪਰਸੋਂ ਚੌਥੇ ਮੈਂ ਬਾਜ਼ਾਰ ਚ ਗਿਆ। ਆਹੋ ਜੋ ਮੈਂ ਕਿਸੇ ਓਪਰੇ ਦੇ ਬੰਦੇ ਨਾਲ ਜਾਂਦੀ ਵੇਖ ਲਈ। ਉਹ ਕਾਹਦਾ ਓਪਰਾ ਬੰਦਾ? ਮੈਂ ਹੀ ਉਹਨੂੰ ਕਹਿ ਬੈਠਾ। ਕੀ ਕਹਿ ਬੈਠਾ? ਮੈਂ ਕਿਹਾ ਭਗਵਾਨ ਨੇ ਹਲਕੀ ਜੀ ਭਾਰੀ ਹੋ ਗਈ, ਓ ਕਰ ਯੋਗਾ ਕਰ ਲੈ। ਆ ਯੋਗਾ ਕਰਨਾ? ਕਹਿੰਦਾ ਸਰੀਰ ਘਟ ਜਾਂਦਾ, ਭਾਰੀ ਹੋ ਗਈ, ਯੋਗਾ ਕਰ ਲੈ। ਮੈਂ ਕਿਹਾ ਤਾਂ ਯੋਗਾ ਕਰ ਲੈ। ਹਲਾ ਯੋਗਾ ਕਰ ਲੈ। ਫੇਰ ਸਵੇਰੇ ਮੈਂ ਉਹਨੂੰ ਕਿਹਾ ਯੋਗਾ ਕਰ ਲੈ। ਹਲਾ ਫੇਰ ਆਥਣੇ ਜੋ ਨੇ ਮਹਿੰਦਰ ਸਿੰਘ ਦਾ ਯੋਗਾ ਕਰ ਲਿਆ, ਹੁਣ ਉਹ ਜੋਗੇ ਨਾਲ ਹੀ ਰਹਿੰਦੀ ਆ। ਜੋਗੇ ਕੋਲੇ ਜਾਂਦੀ ਆਉਂਦੀ ਆ, ਜੋਗੇ ਨੂੰ ਉਹਦੇ ਨਾਲ ਹੀ ਰਹਿੰਦੀ ਆ, ਇਹ ਜੀਆਂ ਗੱਲਾਂ ਕਰਦੀ ਆ। ਸਿਧਰੀ ਕਿਸੇ ਥਾਂ ਦੀ।
ਵਧੀਆ, ਉਹ ਬਹੁਤ ਗੱਲਾਂ ਸੁਣਾ ਲਈਆਂ, ਉਹ ਤੁਹਾਡਾ ਪਿੰਡ ਬੜਾ ਮਸ਼ਹੂਰ ਹੀ। ਹਾਂ ਪਹਿਲਾਂ ਸਾਡੇ ਪਿੰਡ ਤੋਂ ਪਹਿਲਾਂ ਆਪਦੇ ਦੀ ਸੁਣ ਲੈ। ਸਾਡੇ ਪਿੰਡ ਦੀ ਭਾਈ, ਇਹਦੇ ਦਾਦੇ ਦੀ ਸੁਣਾਉਣ ਲੱਗੇ ਆ। ਮੇਰੇ ਦਾਦੇ ਦੀ ਸੁਣ ਲਓ ਜੀ। ਆ ਇੱਕ ਦਿਨ ਲਫਾਫਾ ਸਿਰ ਤੇ ਪਾ ਲਿਆ, ਆਹਾ, ਤੇ ਨਹਾਈ ਜਾਵੇ। ਹਲਾ ਫੇਰ ਬਾਈ, ਮੈਂ ਕਿਹਾ ਚਾਚਾ ਕੀ ਗੱਲ, ਲਫਾਫਾ ਸਿਰ ਤੇ ਪਾ ਕੇ ਨਹਾਈ ਜਾਂਦਾ? ਤੈਨੂੰ ਕੀ ਕਹਿੰਦਾ? ਕਹਿੰਦਾ ਸ਼ੇਰਾ ਮੈਂ ਸੋਚਦਾ ਅਕਲ ਚ ਪਾਣੀ ਨਾ ਪੈ ਜੇ। ਮੈਂ ਕਿਹਾ ਤੁਹਾਡੇ ਕੋਲ ਅਕਲ ਹੈਗੀ ਕਿੱਥੇ ਆ? ਪੇ ਅਕਲੇ ਕਿਸੇ ਥਾਂ ਦੇ ਪਿੱਛੇ ਜੇ ਸਰਪੰਚੀ ਚ ਖੜ ਗਏ। ਉਹ ਸਰਪੰਚੀ ਚ ਖੜਨਾ ਪਿਆ, ਨਾਲ ਹੀ ਆਪ ਖੜ ਗਏ ਇਹ, ਨਾਲ ਹੀ ਮੈਂ ਖੜ ਗਿਆ। ਮੈਂ ਬਾਪੂ ਖੜਾ, ਮੈਂ ਕਿਹਾ ਪਿੱਛੇ ਰਵਾਂ। ਇਹ ਜਿੱਤ ਗਿਆ ਤੇ ਬਾਪੂ ਸਰਪੰਚੀ ਚੋਂ ਹਾਰ ਗਿਆ। ਉਹ ਬਾਪੂ ਨੇ ਹਾਰਨਾ ਹੀ ਕਿਉਂਕਿ ਮੈਂ ਖੜਾ ਹੀ ਬਾਈ। ਪਿੰਡ ਦੇ ਲੋਕ ਤੇ ਬਾਪੂ ਕੋਲੇ ਅਫਸੋਸ ਕਰਨ ਆ ਗਏ। ਹਲਾ ਫੇਰ ਕਹਿੰਦੇ ਵੀ ਭਾਈ ਵੋਟਾਂ ਤਾਂ ਅਸੀਂ ਤੈਨੂੰ ਹੀ ਪਾਈਆਂ ਸੀ, ਚੱਲ ਕੋਈ ਨਾ ਤੂੰ ਹਾਰ ਗਿਆ, ਮੁੰਡਾ ਜਿੱਤ ਗਿਆ। ਮੁੰਡਾ ਜਿੱਤਿਆ ਹੀ, ਇਹਦਾ ਬਾਪੂ ਬਣਾ ਸਵਾਰ ਕੇ ਪਤਾ ਕੀ ਕਹਿੰਦਾ? ਕੀ ਕਹਿੰਦਾ? ਕਹਿੰਦਾ ਵੀ ਆਪਾਂ ਹਾਰ ਗਏ, ਆਪਣਾ ਤਾਂ ਉਹਦਾ ਵੱਧ ਗਿਆ। ਹਲਾ ਉਹਦਾ ਵਧਿਆ ਕਿਵੇਂ? ਕਹਿੰਦਾ ਜੇ ਜਿੱਤ ਜਾਂਦੇ ਸਰਪੰਚ ਹੋਣਾ ਸੀ, ਹੁਣ ਸਰਪੰਚ ਦੇ ਪਿਓ ਵੱਜਦੇ ਆ। ਲਾਣਤੀ ਕਿਸੇ ਥਾਂ ਦੇ ਹਾਰੇ ਹੋਏ ਸਰਪੰਚ, ਬੇ ਅਕਲੇ। ਕਹਿਰਾਂ ਬਾਈ, ਜਿਹੜਾ ਬਾਪੂ ਬੱਸ ਚ ਸਫ਼ਰ ਕਰੇ। ਬੱਸ ਬੱਸ ਦੀ ਸੁਣਾਉਣ ਲੱਗਾ, ਵੱਡੀ ਗੱਲ ਸੁਣਾਉਣ ਲੱਗਾ, ਖਤਰਨਾਕ ਗੱਲ ਹੈ। ਅੱਛਾ, ਬੱਸ ਚ ਸਫ਼ਰ ਕਰੇ, ਡਾਕੂਆਂ ਨੇ ਜੰਗਲ ਚ ਬੱਸ ਘੇਰ ਲਈ। ਓਏ ਉਦੋਂ ਡਾਕੂ ਪੈ ਜਾਂਦੇ ਸੀ, ਭਲੇ ਵੇਲੇ ਨਹੀਂ ਸੀ ਉਦੋਂ। ਆ ਸਾਰੇ ਡਾਕੂਆਂ ਨੇ ਨਾ ਸਾਰੇ ਬੰਦੇ ਬੱਸ ਚੋਂ ਬਾਹਰ ਕੱਢ ਕੇ ਲਾਈਨ ਚ ਖੜਾ ਲਏ। ਓ ਲਾਈਨ ਚ ਖੜਾ ਲਏ, ਉਹ ਨਾਮ ਪੁੱਛ ਪੁੱਛ ਅਗਲੇ ਗੋਲੀ ਮਾਰਦੇ ਸੀ। ਕਹਿੰਦੇ ਦੱਸ ਵੀ ਤੇਰਾ ਨਾਂ ਕੀ ਹੈ? ਹਲਾ ਫੇਰ ਬਾਈ, ਉਹ ਕਹਿੰਦਾ ਸੱਜਣ ਸਿੰਘ, ਠਾ ਚੱਕ ਗੋਲੀ, ਗੋਲੀ ਮਾਰਤੀ। ਦੂਜੇ ਨੂੰ ਪੁੱਛਿਆ, ਉਹ ਕਹਿੰਦਾ ਜੀ ਮਹਿੰਦਰ ਕੁਮਾਰ, ਠਾ ਚੱਕ ਗੋਲੀ, ਠਾ ਗੋਲੀ ਮਾਰੀ। ਤੀਜੀ ਥਾਂ ਇੱਕ ਔਰਤ ਖੜੀ ਸੀ। ਅੱਛਾ, ਕਹਿੰਦਾ ਬੀਬੀ ਤੇਰਾ ਨਾਂ ਕੀ ਹੈ? ਉਹ ਕੀ ਕਹਿੰਦੀ? ਉਹ ਕਹਿੰਦੀ ਬਿਮਲਾ ਦੇਵੀ, ਠਾ ਗੋਲੀ ਮਾਰੀ। ਨਾਨਾ ਉਹਨਾਂ ਨੂੰ ਤਰਸ ਆ ਗਿਆ। ਹਲਾ ਤਰਸ ਆਇਆ ਕਾਹਤੋਂ? ਉਹ ਬਾਈ ਮਾਂ ਵਾਲਾ ਗਾਣਾ ਸੁਣਾ ਕੇ ਗਿਆ ਨਾ, ਆਹਾ, ਉਹ ਬਿਮਲਾ ਦੇਵੀ ਡਾਕੂਆਂ ਦੇ ਸਰਦਾਰ ਦੀ ਮਾਂ ਦਾ ਨਾਂ ਸੀ। ਆਹਾ, ਮਮਤਾ ਜਾਗ ਪਈ ਆ, ਉਹਨੇ ਛੱਡਤਾ। ਉਹ ਕਹਿੰਦਾ ਵੀ ਮੇਰੀ ਮਾਂ ਦਾ ਨਾਂ ਹੈ, ਬਿਮਲਾ ਦੇਵੀ ਨੂੰ ਛੱਡ ਦਿਓ। ਹਲਾ ਅੱਗੇ ਬਾਈ, ਬਾਈ ਚੌਥੇ ਨੰਬਰ ਤੇ ਦਾ ਬਾਪੂ ਖੜਾ ਸੀ। ਮੇਰਾ ਬਾਪੂ ਖੜਾ ਹੀ, ਫੇਰ ਦੱਸ ਵੀ ਤੇਰਾ ਨਾਂ ਕੀ ਹੈ? ਉਹ ਕੀ ਕਹਿੰਦਾ? ਕਹਿੰਦਾ ਮਹਾਰਾਜ, ਨਾਂ ਤੇ ਮੇਰਾ ਜੱਗਾ ਸਿੰਘ ਹੈ, ਤੂੰ ਲੋਕੀ ਪਿੰਡ 'ਚ ਮੈਨੂੰ ਬਿਮਲਾ ਬਿਮਲਾ ਹੀ ਕਹਿੰਦੇ ਆ। ਲਾਣਤੀ ਕਿਸੇ ਥਾਂ ਦਾ, ਉਹ ਕਹਿੰਦੇ ਇਹਦੇ ਦੋ ਗੋਲੀਆਂ ਵੱਧ ਮਾਰੋ। ਹਲਾ ਉਹ ਕਾਹਤੋਂ ਬਾਈ? ਸਾਡੀ ਮਾਂ ਦਾ ਨਾਂ ਖਰਾਬ ਕਰਦਾ ਹੀ, ਫੇਰ ਮਿਹਨਤਾਂ ਕਰਕੇ ਬਚਿਆ ਹੀ, ਮਸਾਂ ਜਾਨ ਛਡਾਈ ਹੈ। ਉਹ ਜਾਨ ਛਡਾ ਕੇ ਆ ਤੇ ਗਿਆ, ਫੇਰ ਸੋਚਦਾ ਵੀ ਡਾਕੂ ਹੀ ਬਣ ਚੱਲਦੇ ਆ। ਡਾਕੂ ਬਣ ਚੱਲਦੇ ਵੀ ਸੌਖਾ ਕੰਮ ਹੈ, ਡਾਕੂ ਬਣ ਗਿਆ। ਅੱਛਾ, ਐਂਬੂਲੈਂਸ ਘੇਰ ਲਈ, ਕਹਿੰਦਾ ਕੱਢ ਦਿਓ ਜਿਹੜਾ ਕੋਈ ਹੈਗਾ। ਉਹਨਾਂ ਨੇ ਕੀ ਕੱਢਿਆ? ਉਹਨਾਂ ਨੇ ਬਾਬਾ ਜੀ ਲਾਸ਼ ਕੱਢ ਕੇ ਮੋਢੇ ਤੇ ਧਰਤੀ। ਕਹਿੰਦੇ ਸਾਡੇ ਕੋਲ ਆਹੀ ਆ, ਲੈ ਜਾ, ਪੱਲਿਓ ਪੈਸੇ ਲਾ ਕੇ ਫੂਕ ਕੇ ਆਇਆ ਵੱਡਾ ਚੌਣਾ ਮੋੜ। ਚੌਣਾ ਮੋੜ ਵੀ ਤਾਂ ਡਾਕੇ ਮਾਰਦਾ ਸੀ। ਉਹ ਚੌਣਾ ਮੋੜ ਲੋਕਾਂ ਦਾ ਹਾਮੀ ਸੀ, ਗਰੀਬਾਂ ਦਾ ਸਾਥ ਦਿੰਦਾ ਸੀ, ਉਹ ਵਧੀਆ ਬੰਦਾ ਸੀ। ਹਲਾ ਲਾਣਤੀ, ਇਹ ਤਾਂ ਮੈਨੂੰ ਪਤਾ ਹੀ ਨਹੀਂ ਸੀ। ਲੱਖ ਦੀ ਲਾਣਤ ਤੇਰੀ, ਤੈਨੂੰ ਜੌਣੇ ਮੋੜ ਬਾਰੇ ਨਹੀਂ ਪਤਾ? ਐਡਾ ਵੱਡਾ ਸੂਰਮਾ ਸੀ ਆਪਣਾ, ਉਹ ਜੇ ਜੌਣੇ ਮੋੜ ਬਾਰੇ ਜਾਣਨਾ ਚਾਹੁੰਦਾ ਨਾ, ਆਹੋ ਸਿਨੇਮਿਆਂ 'ਚ ਫਿਲਮ ਲੱਗੀ ਮੋੜ, ਜਾ ਕੇ ਦੇਖ ਆਈ, ਕੀ ਪਤਾ ਮੈਂ ਵੀ ਉਹਦੇ 'ਚ ਕਿਤੇ ਦੈਸੀ ਜਾਵਾਂ। ਮੈਨੂੰ ਪਤਾ ਲੱਗ ਗਿਆ ਤੂੰ ਕਾਹਤੋਂ ਕਹਿੰਦਾ ਹੀ, ਕਾਹਤੋਂ ਕਹਿੰਦਾ ਹੀ, ਉਹ ਇਹਦਾ ਵੀ ਉਹ 'ਚ ਰੋਲ ਹੈਗਾ ਹੀ, ਵੇਖ ਆਇਓ। ਉਹ ਬਸ ਕਰ, ਮੇਰੀ ਬਾਲੀ ਤਰੀਫ ਨਾ ਕਰ, ਮੈਨੂੰ ਸੰਗ ਜੀ ਲੱਗੀ ਜਾ। ਉਹ ਲਾਣਤੀਆ, ਆਪਣੇ ਬੰਦੇ ਸੰਗਦੇ ਨਹੀਂ, ਆਹੋ ਉਹ ਤੂੰ ਗੱਲ ਨਹੀਂ ਸੁਣੀ ਕਿਹੜੀ? ਉਹ ਪੁੱਤ ਜੋਗੀਆਂ ਦੇ ਲਾਉਂਦੇ ਨਹੀਂ ਉਹ ਐਨਕਾਂ ਤੇ ਮਨ ਦੇ ਮਰਾਸੀ ਸੰਗ। ਸੰਗਦੇ ਨਹੀਂ ਆਪਾਂ, ਜੇ ਸੰਗਦੇ ਹੁੰਦੇ ਫਿਰ ਇੱਥੇ ਥੋੜੀ ਖੜੇ ਹੋਣਾ ਸੀ। ਸਹੀ ਗੱਲ ਆ, ਇੰਨੀਆਂ ਗੱਲਾਂ ਥੋੜੀ ਸੁਣਾ ਦੇਣੀਆਂ ਸੀ। ਲੈ ਸ਼ੇਰ ਸੁਣ ਲੈ, ਸ਼ੇਰ ਸੁਣਾ ਦੇ। ਸ਼ੇਰ ਆਇਆ ਜੀ, ਆਹਾ, ਕਹਿੰਦੇ ਵੀ ਵੇਲ ਤੁਮੇ ਦੀ ਕੌੜੀ ਹੁੰਦੀ, ਵੇਲ ਤੁਮੇ ਦੀ ਕੌੜੀ ਹੁੰਦੀ, ਅਸਰ ਹੁੰਦਾ ਵਿੱਚ ਬੀਆਂ। ਵੇਲ ਤੁਮੇ ਦੀ ਕੌੜੀ ਹੁੰਦੀ, ਅਸਰ ਹੁੰਦਾ ਵਿੱਚ ਬੀਆਂ। ਵੇਲ ਤੁਮੇ ਦੀ ਕੌੜੀ ਹੁੰਦੀ, ਅਸਰ ਹੁੰਦਾ ਵਿੱਚ ਬੀਆਂ, ਅਸਰ ਹੁੰਦਾ ਵਿੱਚ ਬੀਆਂ। ਉਹ ਵੇੜੇ ਵਡਭਾਗੇ ਹੁੰਦੇ ਜਿਸ ਘਰ ਜੰਮਦੀਆਂ ਧੀਆਂ, ਜਿਸ ਘਰ ਜੰਮਦੀਆਂ ਧੀਆਂ, ਵਡਭਾਗੇ ਹੁੰਦੇ ਜਿਸ ਘਰ ਜੰਮਦੀਆਂ ਧੀਆਂ। ਆਪਣੀਆਂ ਧੀਆਂ ਦੇ ਨਾਂ, ਭੈਣਾਂ ਦੇ ਨਾਂ, ਮਾਵਾਂ ਦੇ ਨਾਂ ਤਾੜੀ ਜ਼ਰੂਰ ਮਾਰ ਦਿਓ। ਜ਼ੋਰਦਾਰ ਤਾੜੀ ਮਾਰੋ ਜੀ, ਜ਼ੋਰਦਾਰ ਤਾੜੀ। ਸਾਡੀਆਂ ਭੈਣਾਂ ਮਾਵਾਂ
ਸਾਡੀਆਂ ਬੱਚੀਆਂ ਵੱਡੀ ਗਿਣਤੀ ਜਿਸ ਪੰਡਾਲ ਚ ਹਾਜ਼ਰ ਹੈ। ਸਹੀ ਗੱਲ ਹੈ, ਤੁਹਾਡੇ ਲਈ ਇਹ ਸ਼ੇਰ ਸੀ। ਲਾਣਤੀਆ ਹੋਰ ਗੱਲ ਸੁਣਾ ਦੇ, ਬਾਪੂ ਦੀ ਸੁਣ ਲੈ। ਬਾਪੂ ਦੀ ਸੁਣਾ। ਬਾਬਾ ਜੀ ਸਾਡੇ ਬਾਪੂ ਬੜੇ ਵਿਗਿਆਨੀ ਬੰਦੇ ਆ। ਉਹ ਤੁਹਾਡੇ ਮੈਂ ਤਾਂ ਸੁਣਿਆ ਸੀ ਅੱਖ ਦੇ ਪਾਰਖੂ ਬੜੇ। ਅੱਖ ਦੇ ਪਾਰਖੂ ਜ਼ਮੀਨਾਂ ਦੇ ਮਾਲਕ। ਅਲਾ ਜ਼ਮੀਨਾਂ ਦੇ ਮਾਲਕ ਰਹੇ ਆ। ਮੈਂ ਕਿਹਾ ਸਾਡੇ ਬਾਪੂ ਤਾਂ ਮਰੱਬਿਆਂ ਦੇ ਮਾਲਕ ਰਹੇ ਆ, ਜ਼ਮੀਨਾਂ ਵੱਡੀਆਂ ਸੀ। ਅਲਾ ਮਰੱਬਿਆਂ ਦੇ ਮਾਲਕ ਰਹੇ ਤੇ ਕਿੰਨੀ ਕੁ ਜ਼ਮੀਨ ਸੀ? 6 ਕਨਾਲਾਂ। ਲਾਣਤੀਆ ਮਰੱਬੇ ਕਾਹਦੇ ਸੀ? ਮਰੱਬੇ ਔਲੇ ਦੇ ਸੀਗੇ, ਅਸੀਂ ਔਲੇ ਦੇ ਮਰੱਬੇ ਵੇਚਦੇ ਰਹੇ ਆ। ਮਰੱਬੇ ਸਾਡੇ ਕੋਲੇ ਔਲੇ ਦੇ ਸੀ, ਜ਼ਮੀਨ 6 ਕਨਾਲਾਂ ਏ। ਉਹ ਕੇਰਾ 6 ਕਨਾਲਾਂ ਚ ਬੀਜੇ ਸੀ ਪੱਠੇ। ਅਲਾ ਪੱਠੇ ਬੀਜਤੇ। ਬਾਪੂ ਜੀ ਰਾਖੀ ਪਏ ਸੀ। ਅਲਾ ਬਾਪੂ ਜੀ ਰਾਖੀ ਪਏ। ਫੇਰ ਸਰਾਣੇ ਰੇੜੀਆ ਪਿਆ ਸੀ, ਰੇੜੀਆ ਸੁਣੀ ਜਾਂਦੇ ਸੀ। ਬਾਪੂ ਨਾਲੇ ਰੇੜੀਆ ਸੁਣੀ ਜਾਵੇ ਨਾਲੇ ਰਾਖੀ ਪਿਆ। ਹਲਾ ਫੇਰ ਬਾਈ 12 ਪਸ਼ੂ ਆਏ ਤੇ ਪੱਠੇ ਖਾਣ ਲੱਗ। ਲੈ ਲਾਣਤੀਆ ਫੇਰ। ਫੇਰ ਕੀ, ਬਾਪੂ ਨੂੰ ਜਦੋਂ ਪਤਾ ਲੱਗਿਆ ਵੀ ਪਸ਼ੂ ਚਰੀ ਜਾਂਦੇ ਆ, ਬਾਪੂ ਨੂੰ ਭੈਣਕ ਪੈ ਗਈ, ਗੁੱਸਾ ਚੜਿਆ, ਉਹਨੇ ਡਾਂਗ ਚੱਕ ਲਈ। ਡਾਂਗ ਚੱਕੀ ਪਸ਼ੂ ਗਹਿਰੇ? ਨਾ ਨਾ, ਪਸ਼ੂਆਂ ਨੂੰ ਨੀ ਭਜਾਇਆ। ਹਲੋ ਕਿਉਂ ਬਈ? ਉਹਨੇ ਡਾਂਗ ਚੱਕੀ ਰੇੜੀਏ ਤੇ ਮਾਰੀ। ਦੌਰ ਫਿੱਟੇ ਮੂੰਹ ਕਾਤੋ ਰੇੜੀਏ ਨੂੰ ਜਾ ਕੇ ਕਹਿੰਦਾ ਦਿੱਲੀ ਦੱਖਣ ਦੀਆਂ ਖਬਰਾਂ ਦੱਸੀ ਜਾਂਦਾ, ਕੋਲੇ ਤੇਰੇ ਪਸ਼ੂ ਚਰੀ ਜਾਂਦੇ, ਦੱਸਦਾ ਹੀ ਨੀਗਾ। ਉਹਨੇ ਰੇੜੀਆ ਹੀ ਖਿਲਾਰਤਾ, ਲਾਰਤਿਆ ਫੇਰਤਾ, ਉਹਨੇ ਲਾਹੌਰ ਟੇਛਣ ਹੀ ਬੰਦ ਕਰਤਾ। ਲਾਰਤਿਆ ਉਹ ਫੇਰਤਾ, ਸੈੱਲ ਸੁੱਲ ਜੇ ਖਿਲਰ ਗਏ ਹੋਣੇ। ਮੈਂ ਕਿਹਾ ਰੇੜੀਏ ਦੇ ਸੈੱਲ ਖਿਲਰ ਗਏ। ਹਲਾ ਫੇਰ? ਫੇਰ ਬਾਪੂ ਕਹਿੰਦਾ ਦੇਖ ਹੁਣ ਭੱਜਦੇ ਕਿਵੇਂ ਢੋਲਕੀਆਂ ਛੱਡ ਛੱਡ ਕੇ। ਸਾਰਾ ਰੇੜੀਆ ਖਿਲਾਰਤਾ ਬਾਪੂ ਨੇ। ਹੱਸ ਕਰਿਆ ਗਾ। ਹੋਰ ਕੀ ਆ ਦੱਸ। ਓਏ ਬਾਪੂ ਸਾਡੇ ਅੱਖ ਦੇ ਪਾਰਖੂ। ਓ ਬਾਪੂ ਤੁਹਾਡੇ ਅੱਖ ਦੇ ਬੜੇ ਪਾਰਖੂ, ਵਿਗਿਆਨੀ ਰਹੇ ਆ। ਅੱਛਾ ਵਿਗਿਆਨੀ ਰਹੇ ਆ। ਬਾਈ ਜੀ ਲੋਕ ਕਹਿੰਦੇ ਆ ਵੀ ਪੀਣ ਵਾਲਾ ਪਾਣੀ ਮੁੱਕਦਾ ਜਾ ਰਿਹਾ, ਪਾਣੀ ਸੰਕਟ 'ਚ ਹੈ। ਓ ਲਾਣਤਿਆ ਕਹਿੰਦੇ ਪਾਣੀ ਮੁੱਕਦਾ ਜਾਂਦਾ, ਸੱਚੀ ਗੱਲ ਆ ਇਹ? ਆ ਸਾਡੇ ਦਾਦੇ ਪੁਰਖਾਂ ਨੇ ਕਾਢ ਕੱਢ ਲਈ ਵੀ ਪਾਣੀ ਬਚਣਾ ਕਿਵੇਂ ਆ। ਹਲਾ ਲਾਣਤਿਆ ਇਹਨਾਂ ਨੂੰ ਵੀ ਦੱਸ, ਪਾਣੀ ਬਚੂਗਾ ਕਿਵੇਂ? ਉਹਨਾਂ ਨੇ ਇੱਕ ਸਕੀਮ ਲਾ ਲਈ। ਹਲਾ ਲਾਈ ਕਿਵੇਂ? ਮੈਂ ਕਿਹਾ ਦੱਸ ਕੇ ਜਾਊਂ ਪਾਣੀ ਬਚਣਾ ਕਿਵੇਂ ਆ। ਓ ਇਹਨਾਂ ਨੂੰ ਵੀ ਦੱਸ ਪਾਣੀ ਬਚਣਾ ਕਿਵੇਂ ਆ। ਬਾਈ ਜੀ ਦਾਰੂ ਸੁੱਕੀ ਪੀ ਚੱਲੋ, ਪਾਣੀ ਪਾਓ ਹੀ ਨਾ, ਆਪ ਹੀ ਬਚੀ ਬੁਚੀ ਜਾਣਾ। ਉਹਨਾਂ ਨੇ ਤਾਂ ਹੀ ਬਚਾਇਆ ਇਹ। ਉਹ ਬਹੁਤਾ ਬੜੇ ਗਾਂ ਨੰਗੀ ਹੋਈ। ਉਹ ਲਾਣਤੀਆ ਮੈਂ ਸੁਣਿਆ ਤੇਰੇ ਬਾਪੂ ਦੀ ਅੱਖ ਬੜੀ ਤੇਜ਼ ਸੀ, ਬੜੇ ਅੱਖ। ਉਹ ਤਾਂ ਹਾਈ ਕੋਰਟ ਲੱਗੇ ਰਹੇ ਆ। ਹਾਈ ਕੋਰਟ ਲੱਗੇ ਜੱਜ? ਨਾ ਨਾ, ਝਾੜੂ ਪੋਚਾ ਕਰਦੇ ਸੀ। ਅਲਾ ਜੱਜ ਤੂੰ ਲੱਗਿਆ? ਮੈਂ ਵਕੀਲ ਲੱਗਿਆ। ਅਲਾ ਤੂੰ ਵਕੀਲ ਲੱਗਿਆ? ਬਾਈ ਜੀ ਮੇਰੇ ਕੋਲੇ ਇੱਕ ਕੇਸ ਆ ਗਿਆ। ਅੱਛਾ? ਇੱਕ ਬੰਦਾ ਕਹਿੰਦਾ ਵੀ ਵਕੀਲ ਸਾਹਿਬ ਮੇਰੇ ਭਰਾ ਤੋਂ ਹੋਇਆ ਇਹ ਕਤਲ। ਹਲਾ ਗੱਲ ਸੁਣਨ ਵਾਲੀ ਆ ਜੀ, ਕਤਲ ਕੇਸ ਸੀ। ਕਹਿੰਦਾ ਵੀ ਕੇਸ ਲੜੋ। ਹਲਾ ਫੇਰ? ਮੈਂ ਉਹਦੇ ਕਾਗਜ਼ ਪੱਤਰ ਦੇ ਲਏ, ਮੈਂ ਕਿਹਾ ਕੇਸ ਲੜ ਲਾਂਗੇ। ਮੈਂ ਫੀਸ ਦੱਸਤੀ। ਹਾਂ, ਫੀਸ ਦੱਸੀ ਕਿੰਨੀ? ਮੈਂ ਦੱਸਤੀ 5,000 ਰੁਪਈਆ। ਉਹ ਤੇਰੀ ਇੰਨੇ ਰੁਪਈਏ? ਮੈਂ ਥੋੜੇ ਦੱਸ ਬੈਠਾ। ਅੱਛਾ? ਉਹਨੇ ਕਹਾ ਜੀ ਨੇ ਕਤਲ ਕੇਸ ਦਾ 5,000 ਮੰਗਿਆ, ਕਿਤੇ ਫਸਾ ਹੀ ਨਾ ਦੇਵੇ। ਆ ਕਿਹੜਾ, ਇੰਨੇ ਘੱਟ ਪੈਸੇ ਮੰਗੀ ਜਾਂਦਾ ਕਤਲ ਕੀਤੇ ਦੇ, ਕਿਤੇ ਫਸਾ ਹੀ ਨਾ ਦੇਵੇ। ਫੇਰ ਵੱਡਾ ਵਕੀਲ ਜਾ ਕੀਤਾ 1,00,000 ਰੁਪਈਏ ਵਾਲਾ। 1,00,000 ਰੁਪਈਏ 'ਚ ਗੱਲ ਹੋ ਗਈ ਆ। ਭਾਈ ਦਾ ਮਸਲਾ ਕਤਲ ਕੇਸ ਸੀ। ਮਾਮਲਾ ਭਾਈ ਦਾ, ਪਰ ਉਹਦਾ ਮਨ ਉੱਥੇ ਵੀ ਨਹੀਂ ਖੜਿਆ। ਹਲਾ ਮਾਮਲਾ ਖੜਿਆ ਨਹੀਂ? ਉਹਨੇ ਤੀਜਾ ਵਕੀਲ ਜਾ ਕੀਤਾ 1,50,000 'ਚ। ਅੱਛਾ, ਭਾਈ ਦਾ ਮਸਲਾ ਸੀ, 1,50,000 'ਚ ਗੱਲ ਹੋ ਗਈ ਆ। ਫੇਰ ਉਹੀ ਬੰਦਾ ਮੈਨੂੰ 2 ਮਹੀਨਿਆਂ ਬਾਅਦ ਕਚਹਿਰੀਆਂ ਤੁਰਿਆ ਜਾਂਦਾ ਮਿਲਿਆ। ਹਲਾ ਫੇਰ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਭਾਈ ਸਾਹਿਬ ਤੁਹਾਡੇ ਭਰਾ ਦੇ ਕੇਸ ਦਾ ਕੀ ਬਣਿਆ? ਉਹ ਕੀ ਕਹਿੰਦਾ? ਕਹਿੰਦਾ ਵਕੀਲ ਸਾਹਿਬ ਅਸੀਂ ਕੇਸ ਹਾਰ ਗਏ, ਭਰਾ ਨੂੰ ਤਾਂ ਫਾਂਸੀ ਹੋ ਗਈ। ਹਲਾ ਤੂੰ ਕੀ ਕਿਹਾ? ਮੈਂ ਕਿਹਾ ਗੁਰੂਆ ਤੇਰਾ ਕੰਮ ਤਾਂ ਮੈਂ 5,000 'ਚ ਕਰਾਈ ਜਾਂਦਾ ਸੀ, ਤੂੰ ਕਿਹੜਾ ਮੰਨੀ ਕਿਸੇ ਦੀ? ਘੱਟੋ ਘੱਟ ਪੈਸੇ ਤਾਂ ਬਚਾਉਂਦਾ ਭਰਾ ਤੇਰਾ, ਮੈਥੋਂ ਨੀ ਬਚਣਾ ਸੀ। ਲੈ ਵੀ ਲਾਣਤੀਆ ਵੇਲਾ ਜਾਣਦਾ ਹੋ ਗਿਆ। ਵੇਲਾ ਜਾਣਦਾ ਹੋਇਆ ਜੀ, ਵੱਡੇ ਵੱਡੇ ਕਲਾਕਾਰ ਆਏ, ਉਹਨਾਂ ਨੇ ਵੀ ਹਾਜ਼ਰੀ ਲਵਾਉਣੀ ਆ। ਲੈ ਜਾਂਦੇ ਜਾਂਦੇ ਕੋਈ ਚੱਜ ਦੀ ਗੱਲ, ਕੋਈ ਸ਼ੇਰ ਸੁਣਾ। ਲੈ ਸ਼ੇਰ ਸੁਣਾ। ਸੁਣਾ ਦੇ। ਉਹ ਮਤ ਇੱਕ ਹਕੀਕੀ ਜੇ ਅਮਲ ਕਰੀਏ। ਵਾਹ ਜੀ ਵਾਹ। ਮਤ ਇੱਕ ਹਕੀਕੀ ਜੇ ਅਮਲ ਕਰੀਏ, ਨਾਲ ਬੰਦਿਆ ਕੱਖ ਨਹੀਂ ਜਾਵਣਾ ਈ। ਅੱਛਾ ਜੀ। ਇੱਕੋ ਝਟਕੇ ਮੱਚ ਸਵਾਹ ਹੋਣੀ, ਮਹਿੰਗੀ ਫਿਰੇ ਪੋਸ਼ਾਕ ਜੋ ਪਾਵਣਾ ਈ। ਸਾਦਾ ਸਬਰ ਹੁੰਦਾ ਕੀਤਾ ਜੇ ਜਾਵੇ। ਵਾਹ ਜੀ ਵਾਹ ਜੀ। ਉਹ ਸਾਦਾ ਸਬਰ ਹੁੰਦਾ ਕੀਤਾ ਜੇ ਜਾਵੇ, ਗੱਲ ਸੂਝ ਬੁੱਝੇ ਮੁੱਕ ਜਾਣ ਰੌਲੇ। ਇੱਕ ਬਾਲਿਆ ਕਮਲ ਤੂੰ ਮਾਰਨਾ ਏ, ਉਹ ਖੜੇ ਹੋਏ ਜਦੋਂ ਜਮਦੂਦ ਕੋਲੇ, ਖੜੇ ਹੋਏ ਜਦੋਂ ਜਮਦੂਦ ਕੋਲੇ, ਮਹਾਰਾਜ ਰਾਜੀ ਰੱਖ।